ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਚੈਨਲ 'ਤੇ। ETT 64 ਦੀ ਅੱਜ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਨ੍ਹਾਂ ਦੇ ਆ ਗਏ ਨੇ ਨਾਮ ਲਿਸਟ ਦੇ ਵਿੱਚ, ਉਹਨਾਂ ਦੇ ਲਈ ਹੈ ਇਹ ਅਪਡੇਟ, ਅਤੇ ਬਾਕੀ ਵੀ ਜ਼ਰੂਰ ਸੁਣਿਓ। ਯੂਨੀਅਨ ਨੇ ਫੈਸਲਾ ਲਿਆ ਹੈ ਅਤੇ ਜਲਦ ਹੀ ਹੁਣ ਨਿਯੁਕਤੀ ਪੱਤਰ ਮਿਲ ਸਕਦੇ ਨੇ ਜਾਂ ਫਿਰ ਨਹੀਂ, ਇਸ ਬਾਰੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਨਫਰਮ ਹੋ ਜਾਏਗਾ। ਅਤੇ ਸਰਕਾਰ ਨਾਲ ਕੀਤੀ ਗੱਲਬਾਤ ਦਾ ਸਿੱਟਾ ਕੀ ਨਿਕਲਿਆ ਹੈ, ਇਸ ਦੇ ਬਾਰੇ ਵੀ ਅੱਜ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਹੀ ਦੱਸਾਂਗੇ। ਸੋ ਦੋਸਤੋ, ਜੇਕਰ ਤੁਸੀਂ ETT 64 ਜਾਂ 5998 ਵਿੱਚ ਲਿਸਟ ਦੇ ਵਿੱਚ ਨਾਮ ਆ ਚੁੱਕਿਆ ਜਾਂ ਫਿਰ ਤੁਹਾਡਾ ਦੋਨੋਂ ਲਿਸਟਾਂ ਦੇ ਵਿੱਚ ਨਾਮ ਹੈ ਤਾਂ ਮੈਨੂੰ ਜ਼ਰੂਰ ਦੱਸਣਾ ਕਮੈਂਟ ਦੇ ਵਿੱਚ। ਤਾਂ ਚਲੋ ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਉਸ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰ ਦੇਣਾ ਤਾਂ ਕਿ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈ ਜਾ ਸਕੇ। ਵੈਸੇ ਤਾਂ ਦੋਸਤੋ, ETT 64 ਦੀ ਭਰਤੀ 2021 ਦੀ ਹੈ, ਪਰ ਇਹ 2024 ਦੇ ਵਿੱਚ ਵੀ ਹਜੇ ਤੱਕ ਪੂਰੀ ਨਹੀਂ ਹੋ ਰਹੀ। ਕਿਉਂ? ਕਿਉਂਕਿ ਸਰਕਾਰ ਅਤੇ ਹਾਇਰ ਓਫੀਸ਼ਲਸ ਨੇ ਜਿਹੜੇ ਉਹ ਸ਼ਾਇਦ ਢਿੱਲ ਮਿੱਠ ਕਰ ਰਹੇ ਨੇ। ਪਰ ਦੋਸਤੋ, ਕੀ ਤੁਹਾਨੂੰ ਪਤਾ ਹੈ ਅੱਜ 2024 ਅੱਜ ਮੋਹਾਲੀ ਦੇ ਵਿੱਚ 63 ਵਾਲਿਆਂ ਨੇ ਇੱਕ ਸੰਘਰਸ਼ ਵਿੱਢਿਆ, ਮਤਲਬ ਕਿ ਉੱਥੇ ਅੱਜ ਧਰਨਾ ਅਤੇ ਕਾਨਫਰੰਸ ਕਰਨ ਜਾ ਰਹੇ ਨੇ ਆਪਣੇ ਕੈਂਡੀਡੇਟਸ, ਜਿਹੜੇ ਕਿ ਉੱਥੇ ਪਹੁੰਚ ਵੀ ਚੁੱਕੇ ਨੇ। 10 ਵਜੇ ਮੀਟਿੰਗ ਸੀ, ਉਸ ਤੋਂ ਬਾਅਦ ਮੀਟਿੰਗ ਬਾਰੇ ਕੀ ਹੱਲ ਹੋਇਆ ਉਹ ਹਜੇ ਆਪਾਂ ਨੂੰ ਹਜੇ ਤੱਕ ਫਿਲਹਾਲ ਮੈਨੂੰ ਨਹੀਂ ਪਤਾ ਲੱਗਿਆ, ਉਹ ਸ਼ਾਮ ਦੀ ਵੀਡੀਓ ਵਿੱਚ ਤੁਹਾਨੂੰ ਦੱਸ ਦਿਆਂਗਾ। ਪਰ ਫਿਲਹਾਲ ਜੇਕਰ ਤੁਸੀਂ ETT 64 ਵਾਲੇ ਹੋ ਤਾਂ ਜ਼ਰੂਰ ਯੂਨੀਅਨ ਦਾ ਸਾਥ ਦਿਆ ਕਰੋ, ਕਿਉਂਕਿ ਕੱਲ੍ਹ ਵੀ ਉਹਨਾਂ ਨੇ ਮੈਸੇਜ ਪਾਇਆ ਸੀ, ਪਰਸੋਂ ਵੀ ਪਾਇਆ ਸੀਗਾ ਕਿ ਅਸੀਂ ਮੋਹਾਲੀ ਦੇ ਵਿੱਚ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਾਂ ETT ਦੇ ਨਿਯੁਕਤੀ ਪੱਤਰ ਦੇ ਸੰਬੰਧੀ। ਤਾਂ ਦੋਸਤੋ, ਜਿਹੜਾ ਮੈਂ ਤੁਹਾਡੇ ਪਹਿਲੇ ਲਿਖਿਆ ਸੀਗਾ ਵੀ ETT 64 ਦੇ ਹੁਣ ਨਿਯੁਕਤੀ ਪੱਤਰ ਮਿਲ ਸਕਦੇ ਨੇ ਜਾਂ ਨਹੀਂ, ਤਾਂ ਉਹਦਾ ਹਾਂ ਜਵਾਬ ਹੈ। ਕਿਉਂਕਿ ਦੋਸਤੋ ਦੇਖੋ, ਆਪਣੇ ਯੂਨੀਅਨ ਵਾਲੇ ਧਰਨਾ ਲਗਾ ਰਹੇ ਨੇ, ਰੋਸ ਪ੍ਰਦਰਸ਼ਨ ਕਰ ਰਹੇ ਨੇ ਸਰਕਾਰ ਦੇ ਸਾਹਮਣੇ ਕਿ ETT 64 ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ, ਕਿਉਂਕਿ ਜਿਨ੍ਹਾਂ ਦੇ ਲਿਸਟ ਵਿੱਚ ਨਾਮ ਹੈਗੇ ਨੇ ਉਹਨਾਂ ਵਾਸਤੇ ਬਸ ਫਾਈਨਲ ਪ੍ਰੋਸੈਸ ਇਹੀ ਹੈ ਕਿ ਹੁਣ ਉਹਨਾਂ ਨੂੰ ਸਟੇਸ਼ਨ ਅਲੋਟਮੈਂਟ ਦਿੱਤੀ ਜਾਣੀ ਹੈ। ਪਰ ਉਹ ਵੀ ਨੋਟਿਸ ਦੇਣ ਤੋਂ ਬਾਅਦ ਅੱਗੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਅਤੇ ਇਸੇ ਗੱਲ ਤੋਂ ਨਾਰਾਜ਼ 64 ਵਾਲੇ ਕੁਝ ਸਟੂਡੈਂਟਸ ਨੇ ਮੋਹਾਲੀ ਦੇ ਵਿੱਚ ਅੱਜ ਰੋਸ ਪ੍ਰਦਰਸ਼ਨ ਕਰਨਾ ਹੈ। ਸੋ ਜਿਹੜੇ ਬੱਚੇ ਉੱਥੇ ਪਹੁੰਚ ਚੁੱਕੇ ਨੇ ਉਹਨਾਂ ਨੂੰ ਬਹੁਤ ਬਹੁਤ ਐਪਰੀਸ਼ੀਏਟ ਕਰਨ ਦੀ ਲੋੜ ਹੈ ਆਪਾਂ ਨੂੰ, ਤਾਂ ਕਿ ਉਹ ਆਪਣੀ ਜੋਬ ਲੈ ਸਕਣ। ਪਰ ਜਿਹੜੇ ਬੱਚਿਆਂ ਦੇ ਲਿਸਟ ਵਿੱਚ ਨਾਮ ਆਏ ਨੇ ਅਤੇ ਉਹ ਘਰ ਬੈਠੇ ਨੇ, ਉਹਨਾਂ ਨੂੰ ਮੇਰੇ ਵੱਲੋਂ ਲਾਹਨਤਾਂ ਨੇ। ਕਿਉਂਕਿ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਇਹ ਚਲੋ ਪ੍ਰੋਟੈਸਟ ਕਰਨਗੇ, ਸਾਡਾ ਲਿਸਟ ਵਿੱਚ ਪਹਿਲਾ ਨਾਮ ਹੈ, ਸਾਨੂੰ ਵੀ ਜੋਬ ਮਿਲ ਜਾਏਗੀ, ਸਾਨੂੰ ਤਾਂ ਲੋੜ ਹੀ ਨਹੀਂ ਜਾਣ ਦੀ, ਤਾਂ ਉਹ ਬਿਲਕੁਲ ਗਲਤ ਸੋਚ ਰਹੇ ਨੇ। ਕਿਉਂਕਿ ਅਜਿਹੀ ਜੋਬ ਜਿਹਦੇ ਵਿੱਚ ਸਾਰਿਆਂ ਦਾ ਹੱਕ ਹੋਵੇ ਅਤੇ ਹੱਥ ਹੋਵੇ, ਉੱਥੇ ਤੁਹਾਡਾ ਵੀ ਹੱਕ ਬਣਦਾ ਹੈ ਕਿ ਤੁਸੀਂ ਵੀ ਉੱਥੇ ਜਾਓ, ਉਹਨਾਂ ਦੇ ਨਾਲ ਖੜੋ, ਨਾ ਕਿ ਘਰ ਬਹਿ ਕੇ ਬਸ ਇੰਤਜ਼ਾਰ ਕਰੋ ਨਿਯੁਕਤੀ ਪੱਤਰ ਦਾ। ਸੋ ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਸਰਕਾਰਾਂ ਬੋਲੇ ਕਰਨ ਵਾਲੀਆਂ ਨੇ, ਇਹਨਾਂ ਨੂੰ ਨਹੀਂ ਸੁਣਦਾ ਜਦੋਂ ਤੱਕ ਆਪਣੀ ਉੱਚੀ ਆਵਾਜ਼ ਨਾ ਹੋਵੇਗੀ, ਅਤੇ ਉੱਚੀ ਆਵਾਜ਼ ਉਦੋਂ ਹੀ ਹੋਏਗੀ ਜਦੋਂ ਬਹੁਤ ਸਾਰੇ ਕੈਂਡੀਡੇਟ ਰਲ ਕੇ ਰੋਸ ਮੁਜ਼ਾਹਰਾ ਕਰਨਗੇ। ਇੱਦਾਂ ਘਰਾਂ ਦੇ ਵਿੱਚ ਬੈਠ ਕੇ ਇਕੱਲੇ ਇਕੱਲੇ ਜਣੇ ਸੋਸ਼ਲ ਮੀਡੀਆ 'ਤੇ ਵੀਡੀਓਜ਼ ਪਾ ਕੇ, ਫੋਟੋਆਂ ਪਾ ਕੇ ਤੁਹਾਡਾ ਕੁਛ ਨਹੀਂ ਬਣਨਾ, ਤੁਹਾਨੂੰ ਇਕੱਠੇ ਹੋਣਾ ਪੈਣਾ ਇੱਕ ਮੰਚ 'ਤੇ। ਸੋ ਪਲੀਜ਼ ਰਿਕੁਐਸਟ ਹੈ, ਤੁਹਾਡੀ ਯੂਨੀਅਨ ਦਾ ਸਾਥ ਜ਼ਰੂਰ ਦਿਆ ਕਰੋ, ਅਤੇ ਬਾਕੀ ਸਰਕਾਰ ਨਾਲ ਜਿਹੜੀ ਗੱਲਬਾਤ ਪਹਿਲਾਂ ਹੋ ਚੁੱਕੀ ਹੈ ਉਹਨਾਂ ਦਾ ਸਿੱਟਾ ਇਹੀ ਨਿਕਲਦਾ ਹੈ ਕਿ ਸਰਕਾਰ ਸਿਰਫ਼ ਅਤੇ ਸਿਰਫ ਲਾਰੇ ਦੇ ਰਹੀ ਹੈ, ਕੋਈ ਵੀ ਇਹਨਾਂ ਦਾ ਪੁਖਤਾ ਹੱਲ ਨਹੀਂ ਕੀਤਾ ਜਾ ਰਿਹਾ। ਬਾਕੀ ਅੱਜ ਸ਼ਾਮ ਤੱਕ ਤੁਹਾਨੂੰ ਕੋਈ ਨਾ ਕੋਈ ਜ਼ਰੂਰ ਨਿਊਜ਼ ਦੇਖਣ ਨੂੰ ਮਿਲੇਗੀ ਜਿਹੜਾ ਕਿ ਮੋਹਾਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਹੈ। ਸੋ ਬਣੇ ਰਹਿਣਾ ਚੈਨਲ 'ਤੇ, ਤੁਹਾਨੂੰ ਉਹ ਵੀ ਖਬਰ ਜ਼ਰੂਰ ਦੱਸਾਂਗੇ। ਧੰਨਵਾਦ ਜੀ।